बाप ने पिछों आके फड़ लिया मुंडे ने सिर च बहु मारे उहदा कड़ा खासा मोटा सी सिर दे विच जोर जोर नाल मारिया सिर पाड़ता सारा ही बाहर आउंदे सारी इन्हां ने की कीता मैं वकील हाँ पहला इन्होंने एकदम ना कहते गड्डी गलत चलाने हो भी साड़ी लाइन लगी हुई है मैं इंडीकेटर दिता इन्होंने आते सारे ने बाद सीधा धक्का मारता भी इन्होंने मारना शुरू करता नाल इन्होंने पग वाले की होर सी इन्होंने सगो उन्होंने हटाने की कोशिश की पर बंद ने दोनों ने फट के इतने सिर च मारिया मार मूर के फिर कहते भजन भी लगे थे उस बाद मैं मूहे खड़ा जिदा जान नहीं दता क्या मैं इतने हाई कोर्ट के सारे वकील कट्ठे कर लाँगा मैं इतने धरना लावगा 307 पावगा ਕਹਿੰਦਾ ਇਸ ਜ਼ਮੀਨਾਂ ਵੇਚ ਕੇ ਤੁਸੀਂ ਗੱਡੀਆਂ ਲਈਆਂ ਤੇਰੀ ਗੱਡੀ ਬੌਂਡ ਕਰਾਨਾ ਜੇ ਮੈਂ ਕਿਸੇ ਗੱਲੋਂ ਗਲਤ ਹੁੰਦਾ ਤਾਂ ਮੈਂ ਸਭ ਤੋਂ ਪਹਿਲਾਂ ਇੱਥੋਂ ਭੱਜਦਾ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਮੈਂ ਵੀਡੀਓ ਵੀ ਬਣਾਈ ਹੋਈ ਹੈ ਇਹਨਾਂ ਨੂੰ ਰੋਕਿਆ ਮੂਰੇ ਆ ਕੇ ਇਹਨਾਂ ਮੇਰੇ ਪੈਰ ਦੇ ਉੱਪਰ ਦੀ ਗੱਡੀ ਚੜਾ ਕੇ ਫੇਰੇ ਰੁਕੇ ਨੇ ਬਾਪ ਨਾਲ ਬਾਪ ਬੱਚੇ ਨੂੰ ਰੋਕਣਾ ਤੇ ਕੀ ਹੈ ਸਗੋਂ ਮੈਨੂੰ ਜੱਫਾ ਪਾ ਲਿਆ ਉਹਨੇ ਕੀ ਕੜਾ ਇਹਦੇ ਹੱਥ 'ਚ ਨਾ ਹੋਵੇ ਦਿਖਾ ਵੀ ਕੜਾ ਦਿਖਾ ਕੜਾ ਦਿਖਾਓ ਜੀ ਕੜਾ ਕੜਾ ਦਿਖਾ ਆਹ ਕੜਾ ਸਿਰ 'ਚ ਮਾਰਿਆ ਜੀ ਇਹਨੇ ਆਹ ਕੜਾ ਸਿਰ 'ਚ ਮਾਰਿਆ ਆਹ ਦੇਖੋ ਜੀ ਜੇ ਕੱਲ ਇਲੈਕਸ਼ਨਸ ਨੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੋ ਮਰਜ਼ੀ ਖੂਨ ਖਵਾਨਾ ਹੋ ਜਵੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਐਲੀਗੇਸ਼ਨ ਹੈ ਇੱਕ ਬਲੇਮ ਹੈ ਕਿ ਵੀ ਇਹਨਾਂ ਨੇ ਉਹਨਾਂ ਦੀ ਦਸਤਾਰ ਲਾਈ ਉਹਨਾਂ ਦੇ ਤਾਂ ਪੱਗਾਂ ਤਾਂ ਆਪ ਲਾ ਕੇ ਬੈਠੇ ਹੋਏ ਨੇ ਜੀ ਅਸੀਂ ਬੜੀ ਵਾਰੀ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਇਹ ਗਲਤ ਇਸ਼ਾਰੇ ਕੀਤੇ ਗੱਡੀ ਦੇ ਵਿੱਚੋਂ ਕਹਿੰਦੇ ਗਲਤ ਇਸ਼ਾਰੇ ਕੀਤੇ ਉੱਤਰ ਕੇ ਆ ਕੇ ਬਸ ਮੈਂ ਕਹਿੰਦਾ ਬੰਦਾ ਡਰੈਸ 'ਚ ਹੈ ਜੇ ਕੋ ਹੋਰਨ ਵੀਰ ਜੀ ਵੱਜ ਵੀ ਗਿਆ ਤਾਂ ਇਹਦੇ 'ਚ ਕੀ ਦੱਸੋ ਆ ਗਿਆ ਵੀ ਬੰਦੇ ਨੂੰ ਖੁੰਨੋ ਖੁੰਨ ਕਰ ਦਿਓ ਯਾਰ ਇਹ ਰੋਜ਼ ਮਰਾ ਦੇ ਅਸੀਂ ਦੇਖ ਰਹੇ ਹਾਂ ਤੁਸੀਂ ਬਾਈ ਜੀ ਖੂਨ ਕੱਢ ਕੇ ਕਿਸੇ ਦਾ ਸਿਰ ਪੜ ਕੇ ਤੋੜਨਾ ਹੁਣ ਤੁਸੀਂ ਇਹ ਕਹੋਗੇ ਵੀ ਮੇਰੇ ਤੋਂ ਗਲਤੀ ਹੋ ਗਈ ਇਹ ਕਿਹੜਾ ਕੋਈ 420C ਦਾ ਕੇਸ ਹੈ ਵੀ ਮੈਂ ਅਸੀਂ ਜੀ ਪੈਸੇ ਵਾਪਸ ਕਰ ਦਿੰਦੇ ਹਾਂ ਇਸ ਵਕਤ ਲਾਂਡਰਾ ਚੌਕ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਘੁੰਮਨ ਬ੍ਰਦਰ ਜੋ ਕਿ ਮਸ਼ਹੂਰ ਵਕੀਲ ਨੇ ਉਹਨਾਂ ਦੇ ਕੁਲੀਕ ਦਾ ਦੋਸਤ ਦਾ ਕਿਸੇ ਨਾਲ ਝੜਪ ਹੋ ਜਾਂਦੀ ਹੈ ਤਾਂ ਝੜਪ ਦੇ ਵਿੱਚ ਸਿਰ ਦੇ ਉੱਤੇ ਜਿਹੜਾ ਕੜਾ ਵੱਜਦਾ ਤਾਂ ਸੱਟ ਵੱਜ ਜਾਂਦੀ ਹੈ ਇਹ ਤਸਵੀਰ ਦਿਖਾਵਾਂਗਾ ਇਕੱਠ ਹੋਇਆ ਹੋਇਆ ਤਾਂ ਦੂਜੇ ਪਾਸੇ ਜਿਸ ਵਕੀਲ ਦੀ ਗੱਡੀ ਹੈ ਉਹ ਇਸ ਪਾਸੇ ਨੂੰ ਖੜੀ ਹੋਈ ਹੈ ਦੋ ਫੈਮਲੀਆਂ ਦੇ ਵਿੱਚ ਆਪਸ ਦੇ ਵਿੱਚ ਇਹ ਸਾਰੀ ਲੜਾਈ ਹੋਈ ਹੈ ਗੱਲਬਾਤ ਹੋਈ ਹੈ ਇਸ ਗੱਡੀ ਦੇ ਵਿੱਚ ਵਕੀਲ ਸਵਾਰ ਸੀਗਾ ਇਹ ਪਿੱਛੇ ਫਾਈਲਾਂ ਪਈਆਂ ਹੋਈਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਕੇ ਜਿਹੜਾ ਉਹ ਵਾਪਸ ਜਾ ਰਹੇ ਸੀਗੇ ਇਸ ਪਾਸੇ ਘੁੰਮਣ ਬ੍ਰਦਰ ਉਹਦੀ ਖੜ੍ਹੇ ਹੋਏ ਨੇ ਇਸ ਪਾਸੇ ਨੂੰ ਉਹਨਾਂ ਦੀ ਗੱਡੀ ਖੜੀ ਹੋਈ ਹੈ ਜਿਨ੍ਹਾਂ ਤੋਂ ਕੜਾ ਵੱਜਿਆ ਕਹਿੰਦੇ ਕੜਾ ਮਾਰਿਆ ਅਤੇ ਸਿਰ ਪਾਟ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ ਅਤੇ ਪਰ ਦੂਜਾ ਪਰਿਵਾਰ ਕਹਿ ਰਿਹਾ ਕਿ ਇਸ ਤਰੀਕੇ ਨਾਲ ਨਹੀਂ ਹੋਈ ਉਹਨਾਂ ਨੇ ਪਹਿਲਾਂ ਗਾਲੀ ਗਲੋਚ ਕੀਤਾ ਇਸ ਤਰੀਕੇ ਦੇ ਨਾਲ ਸਾਰਾ ਮਸਲਾ ਜਿਹੜਾ ਹੈ ਉਹ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਘੁੰਮਣ ਬ੍ਰਦਰਸ ਕੀ ਕਰ ਰਹੇ ਨੇ ਉਹ ਵੀ ਸੁਣਦੇ ਹਾਂ ਬਾਪ ਨੇ ਪਿੱਛੋਂ ਆ ਕੇ ਫੜ ਲਿਆ ਮੁੰਡੇ ਨੇ ਸਿਰ 'ਚ ਰੋਹ ਮਾਰੇ ਉਹਦੇ ਹੱਥ ਕੜਾ ਖਾਸਾ ਮੋਟਾ ਸੀ ਸਿਰ ਦੇ ਵਿੱਚ ਜ਼ੋਰ ਜ਼ੋਰ ਨਾਲ ਮਾਰਿਆ ਸਿਰ ਪਾੜਤਾ ਸਾਰਾ ਹੀ ਤੁਸੀਂ ਐਡਵੋਕੇਟ ਹੋ ਬਿਲਕੁਲ ਜੀ ਬਿਲਕੁਲ ਕਿੱਥੇ ਪ੍ਰੈਕਟਿਸ ਮੈਂ ਹਾਈ ਕੋਰਟ 'ਚ ਜੀ ਹਾਈ ਕੋਰਟ ਹਾਂਜੀ ਹਾਂ ਕਿ ਰੋਡ ਰੇਜ ਸੀਗਾ ਕਿ ਗੱਡੀ ਕੋਈ ਰੋਡ ਰੇਜ ਨਹੀਂ ਕੁਝ ਵੀ ਨਹੀਂ ਹੋਇਆ ਜੀ ਕੋਈ ਕੁਝ ਐਦਾਂ ਦਾ ਕੋਈ ਗੱਲ ਨਹੀਂ ਹੋਈ ਸਿਰਫ ਅੱਗੇ ਤੋਂ ਇਹ ਮੇਰੇ ਅੱਗੇ ਜਾ ਰਹੇ ਨੇ ਟ੍ਰੈਫਿਕ ਦੇ ਵਿੱਚ ਜਾ ਰਹੇ ਨੇ ਕੋਈ ਇਹ ਗੱਲ ਵੀ ਨਹੀਂ ਸੀ ਹੈਗੀ ਕਿ ਮੈਂ ਇਹਨਾਂ ਨੂੰ ਕੋਈ ਹੌਰਨ ਮਾਰ ਕੇ ਕਹਿ ਰਿਹਾ ਸੀ ਜਾਂ ਕੋਈ ਮੈਂ ਕਿਸੇ ਤਰ੍ਹਾਂ ਦੀ ਕੋਈ ਗਾਲਾਂ ਕੱਢ ਰਿਹਾ ਹਾਂ ਜਾਂ ਕੁਝ ਕੱਢ ਰਿਹਾ ਹਾਂ ਮੈਂ ਸਿਰਫ ਇੰਨਾ ਕਿਹਾ ਕਿ ਜੋ ਪਿੱਛੋਂ ਸੀ ਹੌਰਨ ਇੱਕ ਮਾਰਿਆ ਮੈਨੂੰ ਇਸ਼ਾਰਾ ਕੀਤਾ ਵੀ ਮੈਂ ਇੱਧਰ ਨੂੰ ਮੁੜਨਾ ਜਦ ਹੀ ਬਾਹਰ ਨਿਕਲ ਕੇ ਆਏ ਦੋ ਜਣੇ ਜਦੋਂ ਕਿ ਇਹਨਾਂ ਨਾਲ ਇੱਕ ਲੇਡੀ ਵੀ ਇਹਨਾਂ ਨੇ ਉਹਦੀ ਵੀ ਸ਼ਰਮ ਨਹੀਂ ਕੀਤੀ ਮੇਰੇ ਨਾਲ ਇੱਕ ਨਾਲ ਸੀ ਬੰਦੇ ਇਹਨਾਂ ਨੇ ਵੀ ਦੇਖੋ ਇਹਨਾਂ ਨੇ ਸਗੋਂ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੰਦੇ ਨੇ ਦੋਨਾਂ ਨੇ ਫੜ ਕੇ ਇੱਥੇ ਸਿਰ 'ਚ ਮਾਰਿਆ ਮਾਰ ਮੂਰ ਕੇ ਫਿਰ ਕਹਿੰਦੇ ਭੱਜਣ ਵੀ ਲੱਗੇ ਸੀ ਉਹ ਤੋਂ ਬਾਅਦ ਤਾਂ ਮੈਂ ਮੂਹਰੇ ਖੜਾ ਜਿੱਦਾਂ ਜਾਣ ਨਹੀਂ ਦਿੱਤੇ ਉਦੋਂ ਤਾਂ ਮੈਂ ਹਿੱਲਾ ਨਹੀਂ ਦਿੱਤੇ ਆਪਣੀ ਗੱਡੀ ਤੇ ਆ ਰਹੇ ਹਾਂ ਇਹ ਗੱਡੀ ਹੈ ਜੀ ਉਹਨਾਂ ਦੀ ਆ CH01 ਜਿਹੜੀ ਹੈ ਜਿਹੜੀ ਗੱਡੀ ਹੈ ਤਾਂ ਇਹ ਗੱਡੀ ਹੈ ਸਾਰੇ ਗੱਲਬਾਤ ਹੋਈ ਅਸੀਂ ਵੀਰ ਜੀ ਆ ਰਹੇ ਹਾਂ ਅਸੀਂ ਆ ਰਹੇ ਹਾਂ ਇਧਰੋਂ ਬੇਟਾ ਗੱਡੀ ਚਲਾ ਰਿਹਾ ਜੀ ਆਹ ਦੇਖੋ ਵਿੱਚ ਨੰਬਰ ਦਿਖਾਓ ਮੜਾ ਜਿਹਾ ਸਾਈਡ ਤੇ ਨੰਬਰ ਵੀ ਦਿਖਾ ਰਹੇ ਹਾਂ ਬਾਈ ਗੱਲ ਕੀ ਹੋਈ ਹੈ ਜੇ ਉਹ ਕਹ ਰਹੇ ਕਿ ਕੋਈ ਗੱਲਬਾਤ ਨਹੀਂ ਹੋਈ ਬਾਅਦ ਚਾਹੀਦਾ ਆਹ ਨੰਬਰ ਦਿਖਾਓ ਜੀ ਗੱਡੀ ਦਾ ਇਧਰ ਹੋਊ ਬਾਈ ਜੀ ਇੱਕ ਪਾਸੇ ਹੋ ਜਾਓ CH ਇੱਕ ਮਿੰਟ ਹਾਂਜੀ ਹਾਂ ਇਹਨਾਂ ਦੀ ਗੱਲ ਸੁਣ ਲਈਏ ਕੀ ਗੱਲ ਹੋਈ ਸੀ ਜਿਵੇਂ ਉਹ ਜਦੋਂ ਆਏ ਉਹ ਗੱਡੀ ਦਾ ਇਸ਼ਾਰਾ ਲਾਇਆ ਜੀ ਸਾਡੇ ਨਾਲ ਇੱਕ ਗੱਡੀ ਹੋਰ ਸਾਈਡ ਜੀ ਆ ਰਹੀ ਜੀ ਆਲਟੋ ਗੱਡੀ ਉਹਨੇ ਗੱਡੀ ਪਿੱਛੇ ਕਰ ਲਈ ਏ ਇਹ ਬੀਜ ਨੇ ਪਿੱਛੇ ਖੜੇ ਮੈਂ ਪਿੱਛੇ ਹੀ ਇਹਨੇ ਪਿੱਛੇ ਬੈਠੇ ਨੇ ਗਾਲਾਂ ਕੱਢਣ ਲੱਗ ਗਿਆ ਗੱਡੀ 'ਚ ਤੁਹਾਨੂੰ ਕੀ ਸੁਣਿਆ ਕੀ ਕਿਹਾ ਸੁਣਿਆ ਜੀ ਫਿਰ ਅਸੀਂ ਉੱਤਰ ਕੇ ਗਏ ਹਾਂ ਉੱਤਰ ਗਿਆ ਬੇਟਨ ਮੈਂ ਜਾ ਰੋਕਿਆ ਤੂੰ ਪਿੱਛੇ ਹੋ ਜਾ ਇਹ ਆਇਆ ਇਹਨੇ ਸਾਲੇ ਦੀ ਗੱਲ ਫਿਰ ਕੱਢਤੀ ਹੈ ਜੀ ਤੁਹਾਨੂੰ ਕਿਵੇਂ ਸੁਣ ਗਿਆ ਮੈਂ ਕਿਹਾ ਅਸੀਂ ਕੋਲ ਆਏ ਹਾਂ ਜੀ ਕੋਲ ਆਏ ਤੁਹਾਨੂੰ ਤਾਂ ਸਾਂ ਜੀ ਇਹਨੇ ਪਹਿਲਾਂ ਸ਼ੀਸ਼ੇ ਦੇ ਵਿੱਚ ਇਸ਼ਾਰੇ ਕੀਤੇ ਨੇ ਗੱਡੀ 'ਚ ਪਹਿਲਾਂ ਇਸ਼ਾਰੇ ਕੀਤੇ ਗੱਡੀ 'ਚੋਂ ਐ ਹੱਥ ਹੁੱਥ ਮਾਰੇ ਨੇ ਜਿੱਦਾਂ ਆਪਾਂ ਕਿਉਂਕਿ ਆਪਾਂ ਜੋਬ ਵਾਲੇ ਬੰਦੇ ਮੈਂ ਗੱਤਕਾ ਖੇਡਦਾ ਮੇਰਾ 14 ਨੈਸ਼ਨਲ ਲਗਾਤਾਰ ਗੋਲਡ ਆ ਮੈਂ ਜਿੱਦਾਂ ਹੀ ਬਾਹਰ ਨਿਕਲਿਆ ਅਤੇ ਮੰਮਾ ਹੋਰੀ ਮੇਰੇ ਸਾਰੇ ਬਾਹਰ ਆਏ ਵੀ ਹੈ ਨਾ ਬਾਹਰ ਨਿਕਲੇ ਹਾਂ ਇਹ ਬੰਦਾ ਬਾਹਰ ਆਇਆ ਨਾਲ ਇਹਨਾਂ ਦੇ ਕੋਈ ਹੋਰ ਸੀਗੇ ਅਤੇ ਬਾਹਰ ਹਾਂਜੀ ਅਤੇ ਬਾਹਰ ਆਉਂਦੇ ਸਾਰੀ ਇਹਨਾਂ ਨੇ ਕੀ ਕੀਤਾ ਮੈਂ ਵਕੀਲ ਹਾਂ ਪਹਿਲਾਂ ਇਹਨਾਂ ਨੇ ਇੱਕਦਮ ਨਾ ਕਹਿੰਦੇ ਤੁਸੀਂ ਗੱਡੀ ਗਲਤ ਚਲਾਉਂਦੇ ਹੋ ਵੀ ਸਾਡੀ ਲਾਈਨ ਲੱਗੀ ਹੋਈ ਹੈ ਮੈਂ ਕਿਹਾ ਇੰਡੀਕੇਟਰ ਦਿੱਤਾ ਹੋਇਆ ਇਹਨਾਂ ਨੇ ਆਉਂਦੇ ਸਾਰੇ ਨੇ ਬਾਅਦ 'ਚ ਸਿੱਧਾ ਧੱਕਾ ਮਾਰਤਾ ਵੀ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਨਾਲ ਇਹਨਾਂ ਦੇ ਪੱਗ ਵਾਲੇ ਵੀ ਹੋਰ ਸੀ ਅਤੇ ਬਾਅਦ 'ਚੋਂ ਗੱਲ ਖੈਬੜਬਾਜ਼ੀ ਹੋਈ ਸਾਰੀ ਹੈ ਨਾ ਦੋਵਾਂ ਪਾਸੇ ਹੋਈ ਆ ਮੰਮਾ ਦੀ ਵੀ ਚੁੰਨੀ ਪਾਟੀ ਹੋਈ ਆ ਸਾਰੀ ਉਹਨੇ
कोई नहीं देखा, लेडीज भी है यही फैमिली नाल जा रहे हैं, क्योंकि नाले असीं क्यों एवें लड़ना, सीधे जांदे साडी गड्डी अग्गे आ, असीं क्यों लड़ांगे एवें, हैना फिर सानूं कहिंदे कड़ा मारिया उन्होंने मेरे ते, उहदा सिर पटिया होया, कड़ा मारिया नहीं है जी, हुण देखो ओबवियस दी गल है जी, हत्थ दे विच असीं गतका खेडदे आ, हुण कड़ा पाया होया, हुण कोई खैबड़बाजी होएगी हत्थ जे असीं घुमावांगे उह वी घुमाणगे ते किते ना किते तां लगेगी, हैना जी, इह गल होई सी सारी। बाद चों की होया, मम्मा मेरे उन्हें कह रहे मैं डिप्रैशन की मरीज हाँ, डिप्रैशन की मरीज हाँ, कहना मैं इतने हाई कोर्ट के सारे वकील कट्ठे कर लाँगा, मैं इतने धरना लावगा, 307 पावगा, तेनों भी तेरी तुम जो बाहर जाना तेन बहर भेजा, मतलब उदों का 2 घंटे हो गए। हाँ जी, आपस में गुत्थम गुत्थी हो, यह होना नहीं सी चाहिए, जिम्मे वह सिर फटिया, वह वकील है, तुम गतका खेलते हो, तुम गोल्ड मैडलिस्ट भी है, अपने आप कह रहे हो ना, यह नहीं सी होना चाहिए, पर इन्नी ज्यादा यह जी सिचुएशन सी, बाहर किमें निकल गई सर? बाहर एवं निकली, पहला शुरुआत उन्होंने की ਤਾਂ ਬਾਹਰ ਨਿਕਲੀ ਆ ਜੀ ਉਹਨਾਂ ਨੇ, ਜਿਵੇਂ ਉਹ ਕਹਿੰਦੇ ਤੁਹਾਡੇ ਫਾਦਰ ਸਾਹਿਬ। ਹਾਂਜੀ, ਇਹਨੂੰ ਲੱਗਿਆ ਜਦੋਂ ਪਿੱਛੇ ਉਹਨਾਂ ਦੀ ਗੱਡੀ ਸੀ, ਇਹਨੂੰ ਲੱਗਿਆ ਪਿੱਛੇ ਤੁਸੀਂ ਬੈਠੇ ਹੋ, ਤੁਹਾਡੇ ਬੇਟਾ ਜੀ ਨੇ ਕੀ ਲੱਗਿਆ ਵੀ ਸ਼ਾਇਦ ਕੀ ਕਹਿ ਰਹੇ ਸੀਗੇ ਤੁਹਾਨੂੰ, ਤੁਸੀਂ ਦੇਖਿਆ ਹੋਣਾ ਕੁਝ? ਮੈਨੂੰ ਉਹ ਕਹਿ ਰਿਹਾ ਸੀ ਤੁਹਾਡੇ ਉਹਦੇ ਕਹਿੰਦਾ ਇਸ ਜ਼ਮੀਨਾਂ ਵੇਚ ਕੇ ਤੁਸੀਂ ਗੱਡੀਆਂ ਲਈਆਂ, ਤੇਰੀ ਗੱਡੀ ਬੌਂਡ ਕਰਾਉਣਾ ਤੇ ਮੈਂ ਤੁਹਾਨੂੰ ਬਾਹਰ ਭੇਜਣਾ, ਜਿਹੜੇ ਸਰਦਾਰ ਹੋ ਕੇ ਤੁਸੀਂ ਬਾਹਰ ਜਾਂਦੇ ਨਾ ਉੱਥੋਂ, ਸਾਨੂੰ ਮਤਲਬ ਇੱਕ ਐਡਾ ਵੱਡਾ ਲੈਵਲ ਉਹਨਾਂ ਨੇ ਕ੍ਰੀਏਟ ਕੀਤਾ, ਮਤਲਬ ਵੀਡੀਓ ਸ਼ੂਟ ਕਰਨ ਲੱਗ ਗਏ, ਕਹਿੰਦੇ ਵੀ ਤੁਸੀਂ ਪੱਗ ਆਪਣੀਆਂ ਲਾ ਕੇ ਐਂ ਸੁੱਟੀਆਂ, ਆਪ ਸੁੱਟੀਆਂ ਨੇ ਵੀ ਅਸੀਂ ਕਿਉਂ ਸੁੱਟਾਂਗੇ ਜਿਨ੍ਹਾਂ ਨੇ ਉੱਤੋਂ ਸਾਡੇ ਤੇ ਉਸ ਟਾਈਮ ਮੌਕੇ ਤੇ ਉਹਨਾਂ ਨਾਲ ਕਿੰਨੇ ਬੰਦੇ ਸੀ? ਉਹ ਸਿਰਫ 2 ਜਣੇ ਸੀ ਗੱਡੀ ਦੇ ਵਿੱਚ, ਹੋਰ ਕੁਛ ਨਹੀਂ ਸੀਗਾ। ਔਰ ਤੁਹਾਡੇ ਫੈਮਿਲੀ 'ਚ ਕਿੰਨੇ ਬੰਦੇ ਸੀ? ਆਪਾਂ 3 ਜਣੇ ਸੀਗੇ ਜੀ, ਹਨਾ ਜੀ, ਤੇ ਬਾਅਦ 'ਚੋਂ ਹੁਣ ਮੈਂ ਕੀ ਬੋਲਾਂ, ਉਹਨਾਂ ਨੇ ਐਡਾ ਵੱਡਾ ਇਸ਼ੂ ਕਰਤਾ, ਸਾਡੀ ਇਹ ਅੰਮ੍ਰਿਤਧਾਰੀ ਹੈ ਜੀ, ਸਾਡੀ ਦਾਰੂ ਪੀਤੀ ਹੋਵੇ ਤਾਂ ਕਹਿ ਦੇ, ਉਹ ਰੌਲਾ ਪਾ ਰਿਹਾ ਕਹਿੰਦੇ ਇਹਨਾਂ ਦਾਰੂ ਪੀਤੀ ਹੈ, ਸਾਡੇ ਮੈਡੀਕਲ ਟੈਸਟ ਕਰਾ ਲਓ, ਚਾਹੇ ਅਸੀਂ ਕੋਈ ਦਾਰੂ ਨਹੀਂ ਪੀਤੀ, ਮੈਂ ਮੇਰੇ ਕੰਘਾ ਹਜੇ ਵੀ ਸਿਰ 'ਤੇ ਲੱਗਿਆ ਤੋਂ ਆ ਰਿਹਾ ਜੀ। ਅੱਛਾ, ਗੱਡੀਆਂ ਦੇ ਵਿੱਚੋਂ ਮੈਂ ਪੱਗਾਂ ਚੁੱਕੀਆਂ ਪਿਓ ਪੁੱਤਰਾਂ ਦੀਆਂ ਜਾ ਕੇ, ਅਤੇ ਉੱਥੋਂ ਪੱਗਾਂ ਦੂਰ ਡਿੱਗੀਆਂ, ਕਹਿੰਦਾ ਤੁਸੀਂ ਆਪ ਪੱਗਾਂ ਲਾਈਆਂ ਨੇ, ਹੁਣ ਕਰੀਏ ਕਿ ਉਹ ਵਕੀਲ ਹੋ, ਝੂਠ ਹੀ ਬੋਲੀ ਜਾਂਦਾ, ਇੰਨਾ ਅਸੀਂ ਬਹਿਸ ਨਹੀਂ ਕਰ ਸਕਦੇ। ਘੁੰਮਣ ਬ੍ਰਦਰਸ ਵੀ ਉਹਨਾਂ ਤੋਂ ਪੁੱਛ ਲੈਂਦੇ ਕਿ ਗੱਲ ਕੀ ਹੈ ਸਾਰੀ ਇਸ ਦੇ ਵਿੱਚ। ਘੁੰਮਣ ਬ੍ਰਦਰ ਦੀ ਵਕੀਲ ਨੇ, ਇਹ ਵੀ ਇੱਥੇ ਪਹੁੰਚੇ ਨੇ, ਇਹਨਾਂ ਦੇ ਸਾਥੀ ਨੇ, ਇੱਧਰ ਆ ਜਾਓ ਸਰ। ਸਹਿਯੋਗੀ ਨੇ ਇਕੱਠੇ ਹਾਈ ਕੋਰਟ ਦੇ ਵਿੱਚ ਕੰਮ ਜੀ, ਅਤੇ ਕੀ ਲੱਗਦਾ ਹੈਗਾ ਕੀ ਹੋਇਆ ਕੀ ਹੈ ਮੌਕੇ 'ਤੇ? ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਬਹੁਤ ਮਾੜੀ ਘਟਨਾ ਵਾਪਰੀ ਹੈ। ਦੇਖੋ, ਗੱਲ ਇਹ ਹੈਗੀ ਇਹ ਵੀ ਜੇ ਲੋਇਰਸ ਸਟੇਟ ਆਫ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੇਫ ਅਸੀਂ ਨਹੀਂ ਸਮਝ ਰਹੇ ਜਾਂ ਇਸ ਤਰੀਕੇ ਦੇ ਨਾਲ ਅਟੈਂਪਟਸ ਹੋ ਰਹੀਆਂ ਨੇ, ਤੁਸੀਂ ਹਾਲ ਦੇਖੋ ਇੱਕ ਮਿੰਟ ਇਹਨਾਂ ਦਾ, ਇੱਧਰ ਆਇਓ ਵੀਰ ਜੀ ਮਾੜਾ ਜਿਹਾ, ਆਹ ਦੇਖੋ ਇਹਨਾਂ ਦੀ ਹਾਲਾਤ ਦੇਖੋ। ਸੋ ਕੀ ਜੇਕਰ ਹੁਣ ਦੇਖੀਏ ਜਿਸ ਤਰੀਕੇ ਦੇ ਨਾਲ ਸਿਰ ਦੇ ਵਿੱਚੋਂ ਖੂਨ ਆ ਰਿਹਾ, ਬਲੱਡ ਆ ਰਿਹਾ, ਜੇ ਆਪਾਂ ਦੇਖੀਏ ਜਿਹੜਾ ਇੰਟੈਂਸ਼ਨ ਟੂ ਕਿੱਲ ਹੈ, ਇਰਾਦਾ ਕਤਲ, ਬੰਦੇ 'ਚ ਹੈ ਕੀ? ਲੰਕੇਸ਼ ਵੀਰ ਜੀ, ਮੈਨੂੰ ਤੁਸੀਂ ਇੱਕ ਗੱਲ ਦੱਸੋ, ਬੰਦੇ 'ਚ ਕੀ ਹੈ? ਕਹਿੰਦੇ ਇੱਕ ਬੰਦਾ ਇੱਕ ਮੁੱਕੀ ਟਿਕਾਣੇ ਸਿਰ ਵੱਜ ਜਾਵੇ ਤਾਂ ਬੰਦਾ ਖਤਮ ਹੋ ਜਾਂਦਾ। ਆਹ ਦੇਖੋ ਤੁਸੀਂ, ਇੰਨੀ ਕੋਈ ਬਲੀਡਿੰਗ ਹੋ ਰਹੀ ਹੈ। ਔਰ ਦੂਸਰੀ ਗੱਲ, ਮੰਨ ਕੇ ਯਾਰ ਇਲੈਕਸ਼ਨਸ ਨੇ ਪੰਜਾਬ 'ਚ, ਅਸੀਂ ਮੋਹਾਲੀ 'ਚ ਖੜ੍ਹੇ ਹਾਂ, ਇਲੈਕਸ਼ਨਾਂ ਪੰਜਾਬ 'ਚ ਨੇ, ਮੈਂ ਕਹਿੰਦਾ ਚਲੋ ਕੋਈ ਗੱਲ ਹੈ, ਭਾਵੇਂ ਸਾਡੇ ਵੀਰੇ ਦੇ ਇਹਦੇ ਐਡਵੋਕੇਟ ਸਾਹਿਬ ਦੇ ਉੱਪਰ ਉਹਨਾਂ ਨੇ ਅਟੈਕ ਲਾਂਚ ਕੀਤਾ, ਉਹ ਕਹਿੰਦੇ ਜੀ ਸਾਨੂੰ ਫਲਾਣੀ ਕੋਈ ਇੱਕ ਦੋ ਗੱਲ ਦੱਸਦੇ ਨੇ, ਇਹ ਕਿੰਨੇ ਤੈਅ ਕਰਨੀ ਹੈ? ਪੁਲਿਸ ਨਹੀਂ ਤੈਅ ਕਰਨੀ ਹੈ ਨਾ, ਅਸੀਂ ਤਾਂ ਕਾਨੂੰਨ ਆਪਣੇ ਹੱਥ 'ਚ ਕਿਸੇ ਨੇ ਲੈਣਾ ਨਹੀਂ। ਮੈਂ ਖੁਦ ਡੇਢ ਘੰਟੇ ਤੋਂ ਯਾਰ ਪੁਲਿਸ ਨਹੀਂ, SHO ਸੁਹਾਣਾ ਨੂੰ ਫੋਨ ਕੀਤਾ ਹੈ ਵੀ SHO ਸਾਹਿਬ ਇੱਥੇ ਆਓ, ਤੁਸੀਂ ਵਕੀਲ ਸਾਹਿਬ ਲਹੂ ਲਵਾਉਣ ਹੋਏ ਨੇ, ਜੇ ਲਾਅ ਐਂਡ ਆਰਡਰ ਨੂੰ ਬਚਾਉਣ ਵਾਲੇ ਬੰਦਿਆਂ ਦੀ ਤੁਸੀਂ ਇਨਸਾਫ ਨਹੀਂ ਕਰਨਾ। ਹੁਣ ਉਹ ਬੰਦਿਆਂ ਨੂੰ ਅਸੀਂ ਕਿਹਾ ਜੀ ਅਸੀਂ ਨਹੀਂ ਹੋਣਾ ਜਾਣ ਦੇਣੇ, ਕਿਉਂਕਿ ਜਿੰਨਾ ਟਾਈਮ ਤੱਕ ਸਾਡੇ ਕੋਲ ਬੰਦਾ ਨਹੀਂ ਆਉਂਦਾ, ਮੌਕਾ ਨਹੀਂ ਦੇਖਦਾ, ਕਿੱਥੋਂ ਕਰਾਂਗੇ ਦੱਸੋ? ਹੁਣ ਇਹਨਾਂ ਦੀ ਹਾਲਤ ਦੇਖੋ ਤੁਸੀਂ, ਬਲੀਡਿੰਗ ਕਿੰਨੀ ਹੋ ਰਹੀ ਹੈ। ਔਰ ਜੇ ਪੁਲਿਸ ਨੇ ਅੱਜ ਜੇ ਕੱਲ੍ਹ ਇਲੈਕਸ਼ਨਸ ਨੇ, ਇਹਦਾ ਮਤਲਬ ਇਹ ਤਾਂ ਨਹੀਂ ਵੀ ਜੋ ਮਰਜ਼ੀ ਖੂਨ ਖੁਆਨਾ ਹੋ ਜਾਵੇ ਤਾਂ ਕਿਸੇ ਨੇ ਆਉਣਾ ਹੀ ਨਹੀਂ, ਕਿਸੇ SP ਨੇ ਨਹੀਂ ਆਉਣਾ। ਤੁਸੀਂ ਕ੍ਰੈਡੀਬਲ ਵੌਇਸਿਸ ਹੋ ਪੰਜਾਬ ਦੀਆਂ ਦੋਵੇਂ ਬ੍ਰਦਰ ਤੋਂ? ਨਹੀਂ ਕੋਈ ਗੱਲ ਨਹੀਂ, ਫਿਰ ਹੁਣ ਆਪਾਂ ਇੱਥੇ ਖੜੇ ਹਾਂ, ਅਸੀਂ ਕਿਹੜਾ ਜਾ ਰਹੇ ਹਾਂ ਕਿਤੇ? ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਵਾ, ਜਿਵੇਂ ਉਹਨਾਂ ਵੱਲੋਂ ਇਹ ਐਲੀਗੇਸ਼ਨ ਹੈ, ਇੱਕ ਬਲੇਮ ਹੈ ਕਿ ਵੀ ਇਹਨਾਂ ਨੇ ਉਹਨਾਂ ਦੀ ਦਸਤਾਰ ਲਾਈ, ਉਹ ਤਾਂ ਪੱਗਾਂ ਤਾਂ ਆਪ ਲਾ ਕੇ ਬੈਠੇ ਹੋਏ ਨੇ ਜੀ, ਅਸੀਂ ਬੜੀ ਵਾਰੀ ਉਹਨਾਂ ਨੂੰ ਰਿਕੁਐਸਟ ਕੀਤੀ ਹੈ, ਉਹ ਤਾਂ ਉਹਨਾਂ ਨੇ ਆਪ ਲਾਏ ਨੇ ਪਰਨੇ। ਮੈਂ ਉਹਨਾਂ ਨੂੰ ਪੁੱਛੋ, ਮੈਂ ਕਿੰਨੀ ਵਾਰੀ ਰਿਕੁਐਸਟ ਕੀਤੀ ਹੈ ਵੀ ਯਾਰ ਤੁਸੀਂ ਪਰਨੇ ਕਿਉਂ ਨਹੀਂ ਬੰਨਦੇ? ਉਹ ਤਾਂ ਸਿਰਫ ਇੱਕ ਜਾਣ ਕੇ ਉਹ ਬਣਾ ਲਿਆ, ਹੁਣ ਉਹਨਾਂ ਨੇ ਇੱਕ ਤਰੀਕੇ ਨਾਲ ਇਸ ਚੀਜ਼ ਦਾ ਤੁਸੀਂ ਕਹਿਣ ਨੂੰ ਉਹਨੂੰ ਓਵਰਕਮ ਕਰਨ ਲਈ ਇਹ ਗਲਤ ਇਸ਼ਾਰੇ ਕੀਤੇ ਗੱਡੀ ਦੇ ਵਿੱਚੋਂ, ਕਹਿੰਦੇ ਗਲਤ ਇਸ਼ਾਰੇ ਕੀਤੇ ਉੱਤਰ ਕੇ ਆਗੇ। ਮੈਂ ਕਹਿੰਦਾ ਬੰਦਾ ਐਡਰੈਸ 'ਚ ਹੈ, ਨਾਲ ਉਹਨਾਂ ਦੇ ਉਹ ਭਾਈ ਸਾਹਿਬ ਨੇ, ਇਹ ਇਲੈਕਸ਼ਨਸ ਦੇ ਵਿੱਚ ਉੱਥੇ ਹਾਈ ਕੋਰਟ ਗਏ ਸੀਗੇ ਪੰਚਾਇਤ ਇਲੈਕਸ਼ਨਸ ਕਰਕੇ, ਇਹ ਬੰਦਾ ਹੁਣ ਜਿਹੜਾ ਬੰਦਾ ਵਰਦੀ 'ਚ ਹੈ ਉਹ ਇੱਦਾਂ ਦੇ ਇਸ਼ਾਰੇ ਕਰੇਗਾ ਭਾਜੀ? ਔਰ ਇੱਕ ਫੈਮਿਲੀ ਨਾਲ ਜਾ ਰਹੀ ਹੈ, ਅਨਸੈਸਰੀ। ਇਹ ਤਾਂ ਹੁਣ ਚਲੋ ਅਗਲਿਆਂ ਦਾ ਆਪਣਾ ਉਹ ਰਾਹ ਹੈ ਵੀ ਹੁਣ ਜੀ ਉਹ ਜੋ ਵੀ ਕਹਿ ਰਹੇ ਨੇ ਉਹਨਾਂ ਦੀ ਆਪਣੀ ਹੈ। ਮੈਂ 10 ਵਾਰੀ ਮੈਂ ਰਿਕੁਐਸਟ ਕਰਦੀ ਉਹਨਾਂ ਨੂੰ ਸਾਰਿਆਂ ਨੂੰ ਵੀ ਯਾਰ ਤੁਸੀਂ ਕਿਉਂ ਨਹੀਂ ਆਪਣੇ ਪਰਨੇ ਬੰਨੋ ਤੁਸੀਂ? ਠੀਕ ਹੈ, ਚਲੋ ਪੁਲਿਸ ਆਏਗੀ, ਸਾਡਾ ਕੇਸ ਬਣੇਗਾ, ਜੋ ਹੋਏਗਾ ਦੇਖਾਂਗੇ।
पर यह तो नहीं ना भी हूँ आप इतने सड़क से आप एक दूजे के नाल इस करके भी जी अभी परने नहीं बनने जे डिफेंस बना ली आप इस गल की। सो कोई गल नहीं, पुलिस आँदी है, मेरी एस एस साहब न गल हुई है, वो आ रहे हैं, मैंने उन्होंने विश्वास दिता है। मैं हूँ एस एस पी साहब नी करो जी गल एस एस पी साहब भी। मैं लंकेश्वर जी एक चीज़ जरूर एड ऑन करूँगा कि देखो गल हैगी कि देखो असी रोज़ तरह असी देखते हैं यार भी असी क्रिमिनल केसिस होंगे ने, क्रिमिनल केसिस नू फाइट करते हैं, साड़ी लॉयर्स की फ्रटर्निटी हुई है यार भी असी केसिस फाइट करने ने। हुण तुसीं इह देखो भी जे तां जे किसी छोटे मोटे मुलाजम की भावें कोई छोटा मुलाजम है जेकर उदी वर्दी फट जाए वो गल पै जाए उत्थे तां प्रोविजन ऑफ लॉ पाए ने 353 पाई है 32 पाई है, इत्थे की है जिथे आ कुछ हो गया लॉलेसनेस हो गई सुजो। सो तुसीं इह देखो भी इह किस सिर वेखो आह सेंसिटिव पार्ट है, हैड वाला पार्ट है। और तुसीं जिहड़ी इक गल बहुत माड़ी है, मैं चलो ये गल समझदा आ भी जिथे एक मैं तुहाडी बाई दी गल देखी है भी जिथे असीं लोकां नूं इनसाफ दिंदे आ ना उत्थे अज इह अज अपना इनसाफ लैण लई खुद सड़क ते खड़े ने। ते बाई दी मैं गल मैं समझदा भी तुहाडी ब्रेवरी भी है, ब्रेव भी है भी यार भी जो इन्नी ब्लीडिंग हो रही है, नक् चो ब्लीडिंग हो रही है, सारे पास्यों ब्लीडिंग हो रही है, पर वो कहता भाजी जे मैं इतों चले गया तो गल उही है ना भी इंसाफ जो लोगों को दवाने तो पहले अपने आप इंसाफ दवाइए। सो कहानी है यार भी डेढ़ घंटा सवा घंटे हो गया, घंटा सवा डेढ़ घंटा हो गया जी, डेढ़ घंटे तो ब्लीडिंग ब्लीडिंग हो रही है। तुम हजे तक यह वह लो भी कोई इतने कोई पुलिस वालों कोई प्रिवेंटिव एक्शन नहीं लिया गया, और दूसरी पार्टी भी इतने आ लड़न तो भावें हूँ फिर लड़ पैन। तुम मेरी गल सुनो, चलो असी आके चार भैन भरा खड़ गए, तुम मीडिया का असं बहुत धन्यवाद करते हैं जेड़े आ गए तुम इंटरवीन किया, तो लड़ाई होने तो हजे तक यार कोई ज जदों तक आवगे को असलीयत का पता लगेगा भी क्यों भाई इस गलों इन्हों खूनों खूनों खून करता होर धारा 307 का दी अटैम्प्ट टू मर्डर का नाले जी। मैं एक गल जरूर कहना चाहूँगा जे मैं किसी गलों गलत हों मैं सब तो पहला इतों भजदा, इन्होंने भजन की कोशिश की है, मैं वीडियो भी बनाई हुई है, इन्होंने रोकया मूहे आके इन मेरे पैर के उपर की गड्डी चढ़ा के फिर रुके ने, उदों के गड्डी तो भजा भजाने की कोशिश कर रहे थे, जद्दिया मैं मूहरे खड़ा क्योंकि मैं इन्हों जान नहीं दिता, इन्हों की हमेशा कोशिश थी भी जे मैं गलत हों मैं इतने खड़ा मैं सब तो पहला भजदा जे मैं क्यों गलती की होंगी। मैं सिर्फ मेरी इन्नी गलती सी कि मैं इन्हों के पिछे सी अज गड्डी दे विच इन्हां दा बस शिकार बन गया, इन्हां दा आपसी की इन्हां दी की पूरी इंटेंशन सी कि मैनू जानों मार देना। तुसीं ये देखो कि एक बंदा मैनू पिछों जफ्फा पा के दूसरा बंदा सिर दे विच जोर नाल कड़े मार रहा, उपर दी खुद एडमिट कर रहा थोड़े सामने चार बंदे बोले कहा कहिंदा जी हाँ मैं कड़े मारे ने, कहिंदा जी मैनू मैं पिछे गड्डी आ रही सी मैनू हॉर्न मारते। हुण तुसीं ये देखो भी गड्डी ट्रैफिक दे विच अगे जा रही है पिछे वाली गड्डी हॉर्न नहीं मारू तो की कहूँ, नाले मैं तो हॉर्न भी एक बारी मारिया कोई ज़्यादा हॉर्न नहीं मारिया, एक गड्डी अगे तो निकल के पिछे आए ने, दो बंदे आए ने, बाप है नाल बाप बच्चे नू रोकना तो की है, सगों मैनू जफ्फा पा लिया उन्हें, मैनू पिछों जफ्फा पा के मैं गड्डी चो निकलिया मैनू जफ्फा पा के दूजे ने सिर च आह मारे उत्तर ने सारे मारे। ये देखो जी हॉर्न मारना गुनाह है, इतने लांडर किनू नहीं पता भाजी इतने जाम लगता, जे एक हॉर्न वीर जी वज भी गया तो ये की दसो आ गया भी बंदे खूनों खून कर दो यार, ये रोज़मर्रा दे असी देख रहे हैं पंजाब दे विच भी माड़ी जी कोई गल होंदी है सड़क ते टैंपरामेंट इन्ना लूज़ यार भी तुसीं उहनूं बंदे नूं लहू लुहाण करन ते आ गए, ये तो हुण देखो इंसाफ वाली गल है, ये तो हुण डट के लिया जाऊगा। तुसीं जी एस पी साहब नूं ते एस एस पी नूं हुणे असीं फोन करन लगे हाँ भी असीं बिल्कुल साड़ी बाकी टीमां भी आ रही ने फतेहगढ़ साहब तो, मैं उत्थे लॉयर्स नूं फोन करता मैं कहा सीरीयस इशू है बिल्कुल इंसाफ की अजे तक कोई गल नहीं हो रही। सो उस तो बाद अगर असं लाजली की करना पहला अभी इतने अपना इंसाफ जी वो अपनी गलती मान रहे हैं दूजे कि साड़ी गलती है कोई गल नहीं इसनों सॉर्ट आउट कर लें कि नहीं मान रहे कुछ नहीं कह रहे तुम भाई जी खून कट के किसी का सिर पड़ के थोड़ी ना हूँ तुम ये कहोगे भी मेरे तो गलती होगी, एक कड़ा कोई 420 का केस है भी मैं असी जी पैसे वापस कर दें नुकसान किया बंदे का खूनों खून करता वो खून कौन वापस लगे आऊगा, ये तो हूँ हिसाब जरा जो परचे च होएगा मुकदमा दर्ज होगा बाकी देखते हैं फिर अगर की होंगे थे भी सारा कुछ सही है भी किसी की कोई गलती नहीं हैगी भी एकदम खैबैजी के होया सारा कुछ हूँ कैमरे सामने सारा कुछ कुछ होर बोल गए बोलीए कि उन्होंने तो स्टडी आ चीज़ की हुई है वो कह रहे कि तुम मन ही भी लिया कि असं डिफेंस के मेरे तो वज गया मेरे तो वजिया मैं मानता हूँ मान लो भी आप हाँ जी मारना नहीं ਤੁਸੀਂ ਮਾਰੇ ਦੇਖੋ ਜਿਸ ਤਰੀਕੇ ਨਾਲ ਉਹਦੇ ਸੱਟ ਵੱਜੀ ਹੈ ਨਾ ਜਿਵੇਂ ਧਾਰ ਵਗਦੀ ਪਈ ਉਹਦੇ ਖੂਨ ਦੀ ਉਹ ਸੀਰੀਅਸ ਹੈ ਉਹਦੇ ਇੱਥੇ ਵੀ ਸੱਟ ਹੈ ਇੱਥੇ ਵੀ ਸੱਟ ਹੈ ਉਹ ਗੱਲ ਉਹੀ ਹੈ ਕਿ ਇੰਨਾ ਜ਼ਿਆਦਾ ਤੁਸੀਂ ਆਪੇ ਤੋਂ ਬਾਹਰ ਕਿਵੇਂ ਤੁਸੀਂ ਟ੍ਰੇਨਡ ਮਾਰਸ਼ਲ ਆਰਟ ਆਰਟਿਸਟ ਹੋ ਮੈਨੂੰ ਪਤਾ ਗਤਕਾ ਖੇਲਦੇ ਹੋ ਪਰ ਆਪਾਂ ਕਿਉਂ ਵਰਤਿਆ ਇਹ ਸਰ ਮੈਂ ਤੁਹਾਨੂੰ ਦੱਸਦਾ ਮੈਂ ਕੋਈ ਵਰਤਿਆ ਨਹੀਂ ਹੈਗਾ ਕੋਈ ਟੈਨਸ਼ਨ ਹੀ ਨਹੀਂ ਸੀਗਾ ਮੰਨ ਲਓ ਹੁਣ ਜਿੱਦਾਂ ਹੁਣ ਸ਼ੁਰੂਆਤ ਹੋਈ ਹੈ ਨਾ ਅਸੀਂ ਗੱਡੀ 'ਚੋਂ ਬਾਹਰ ਨਿਕਲ ਕੇ ਆਏ ਹਾਂ ਕੋਈ ਆਪਣੇ ਮਾਂ ਪਿਓ ਨੂੰ ਕੋਈ ਬੋਲੇਗਾ ਗਲਤ ਹੈ ਨਾ ਅੱਗੋਂ ਕੋਈ ਚੜ੍ਹ ਕੇ ਆਏਗਾ ਮਾਂ ਮੇਰੀ ਦੀ ਚੁੰਨੀ ਪਾਟੀ ਹੋਈ ਆ ਕੋਈ ਚੜ੍ਹ ਕੇ ਆਏਗਾ ਪੁੱਤ ਕਿਵੇਂ ਕੋਈ ਬਹਿ ਜਾਏਗਾ ਅਤੇ ਨਾਲੇ ਆਹ ਚੀਜ਼ ਮੈਂ ਕਸਮੀ ਜਦੋਂ ਤੁਸੀਂ ਇਹ ਕਹਿੰਦੇ ਹੋ ਚੁੰਨੀ ਪਾਟੀ ਹੋਈ ਹੈ ਕਿ ਤੁਸੀਂ ਇਹ ਕਹਿੰਦੇ ਹੈਗੇ ਹੋ ਕਿ ਉਹਨਾਂ ਨੇ ਹੱਥ ਪਾਇਆ ਉਹਨਾਂ ਨੇ ਹੱਥ ਪਾਇਆ ਜੀ ਹੱਥ ਪਾਇਆ ਅਸੀਂ ਜਦੋਂ ਗੱਡੀ 'ਚੋਂ ਨਿਕਲ ਇਸ ਗੱਲ ਦਾ ਜਵਾਬ ਹਾਂਜੀ ਮੈਂ ਉਹੀ ਤੁਹਾਨੂੰ ਜਵਾਬ ਦੇ ਰਿਹਾ ਉਹੀ ਅਸੀਂ ਜਿੱਦਾਂ ਨਿਕਲ ਕੇ ਆਏ ਨਾ ਗੱਡੀ 'ਚੋਂ ਉਹ ਜਿੱਦਾਂ ਹੀ ਆਇਆ ਮੈਂ ਸਭ ਤੋਂ ਅੱਗੇ ਸੀਗਾ ਨਾਲ ਮੇਰੇ ਪਾਪਾ ਸੀਗੇ ਜਿੱਦਾਂ ਹੀ ਉਹਨਾਂ ਨੇ ਆ ਕੇ ਧੱਕਾ ਮਾਰਿਆ ਮੰਮਾ ਮੇਰੇ ਨੇ ਛੁਡਾਉਣ ਲੱਗੇ ਨੇ ਉਹਨਾਂ ਨੇ ਪੂਰਾ ਹੱਥ ਪਾਈ ਕੀਤੀ ਆ
ਸਾਡੀਆਂ ਪੱਗਾਂ ਜੋ ਲੱਥੀਆਂ ਨੇ, ਮੈਂ ਮੰਨਦਾ ਕੜਾ ਵੱਜਿਆ ਹੱਥਾਪਾਈ ਦੇ ਵਿੱਚ, ਸੈਲਫ ਡਿਫੈਂਸ ਦੇ ਵਿੱਚ ਵੱਜਿਆ। ਜੇ ਆਪਾਂ ਰੋਕਦੇ ਹਾਂ ਮਾਰਦੇ ਹਾਂ, ਉਹਨਾਂ ਹੱਥ ਦੇ ਵਿੱਚ ਕੁਛ ਪਾਇਆ ਤਾਂ ਵੱਜੇਗਾ ਹੀ। ਜੇ ਉਹਨਾਂ ਨੇ ਪਾਇਆ ਹੁੰਦਾ ਮੇਰੇ ਵੀ ਵੱਜਦਾ। ਜੇ ਸਾਡੀਆਂ ਪੱਗਾਂ ਲੱਥੀਆਂ ਨੇ ਉਲਟਾ ਸਾਡੇ 'ਤੇ ਬਲੇਮ ਕਰੀ ਜਾਂਦੇ ਨੇ, ਮੈਂ ਮੰਨਦਾ ਮੇਰੇ ਤੋਂ ਵੱਜਿਆ। ਹੁਣ ਜੇ ਆਪਾਂ ਮੰਨ ਲਓ ਸਿਰ 'ਤੇ ਵੱਜਿਆ, ਮੈਂ ਉਹਦੀ ਮਾਫ਼ੀ ਵੀ ਮੰਗਦਾ। ਜੇ ਆਪਾਂ ਉਹਨੂੰ ਵਾਰ ਵਾਰ ਸਾਫ਼ ਕਰਾਂ ਤਾਂ ਛਿੱਲਾਂਗੇ ਅਤੇ ਲਹੂ ਤਾਂ ਦੇਖੋ ਨਿਕਲੇਗਾ ਜੀ। ਉਹ ਕਹਿੰਦੇ ਕਿ ਮਾਫ਼ੀ ਇਸ ਚੀਜ਼ ਦੀ ਨਹੀਂ ਦਿੱਤੀ ਜਾ ਸਕਦੀ ਜਿਹੜਾ ਖੂਨ ਨਿਕਲਿਆ, ਕਹਿੰਦੇ। ਹੁਣ ਦੇਖੋ ਜੀ, ਉਹਨਾਂ ਦੀ ਤਾਂ ਇੰਟੈਂਸ਼ਨਲੀ ਤਾਂ ਮਾਰਿਆ ਹੀ ਨਹੀਂ ਹੈਗਾ। ਹੁਣ ਉਹਨਾਂ ਦੀ ਤਾਂ ਸਟੱਡੀ ਉਹ ਚੀਜ਼ ਦੀ ਕੀਤੀ ਹੋਈ ਆ। ਹੁਣ ਵਕੀਲ ਸਰ ਜਿਹੜੇ ਸੀਨੀਅਰ ਆਏ ਸੀਗੇ, ਉਹਨਾਂ ਨੇ ਕਿਹਾ ਵੀ ਇੰਟੈਂਸ਼ਨਲੀ ਕੁਛ ਨਹੀਂ ਹੋਇਆ। ਹੁਣ ਉਹ ਕੈਮਰਾ ਸਾਹਮਣੇ ਕੁਛ ਹੋਰ ਬੋਲ ਗਏ। ਹੁਣ ਸਾਡੀ ਤਾਂ ਚੀਜ਼ ਦੀ ਸਟੱਡੀ ਨਹੀਂ ਨਾ ਹੈਗੀ। ਹੁਣ ਅਸੀਂ ਤਾਂ ਜੋ ਹੈਗੇ, ਹੁਣ ਫੈਮਿਲੀ ਨਾਲ ਮੈਂ ਕਿਉਂ ਕਰਾਂਗਾ? ਮੈਂ ਪ੍ਰਾਈਵੇਟ ਜੋਬ ਕਰਦਾ, ਮੈਂ ਕਿਉਂ ਕਰਾਂਗਾ ਆ ਚੀਜ਼? ਸਾਡੇ ਕੋਲ ਤਾਂ ਗਵਰਨਮੈਂਟ ਜੋਬਾਂ ਹੈ ਨਹੀਂ। ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ, ਪੈਰ ਦੇ ਉੱਤੇ ਕੋਈ ਗੱਡੀ ਲੈ ਕੇ ਨਿਕਲਣ ਵੀ ਲੱਗੇ ਸੀ ਮੌਕੇ ਸਰ। ਇਹੋ ਜਿਹਾ ਕੁਛ ਨਹੀਂ ਸੀਗਾ, ਸਾਨੂੰ ਕਿਤੇ ਮਰਜ਼ੀ ਲੈ ਜਾਓ। ਗੱਡੀ ਲੈ ਕੇ ਨਿਕਲਣ ਲੱਗੇ ਸੀ? ਕੁਛ ਨਹੀਂ ਸਰ, ਇਹੋ ਜਿਹਾ ਕੁਛ ਨਹੀਂ ਸੀਗਾ। ਅਸੀਂ ਤਾਂ ਗੱਡੀ ਸਾਈਡ 'ਚ ਲਾਉਣ ਲੱਗੇ ਹਾਂ। ਅਸੀਂ ਉਹਨੂੰ ਵੀ ਕਿਹਾ ਵੀਰ ਜੀ ਜਾਮ ਲੱਗ ਰਿਹਾ, ਆਪਾਂ ਗੱਡੀ ਸਾਈਡ 'ਚ ਲਾ। ਵੈਸੇ ਵੀ ਸਰ ਉਹਨਾਂ ਕੋਲ ਜਿਹੜੀਆਂ ਕਲਿੱਪਾਂ ਪਈਆਂ ਨੇ ਨਾ, ਤੁਸੀਂ ਉਹ ਵੀ ਚਾਹੇ ਵੇਖ ਲਿਓ। ਇੱਕ ਤਾਂ ਮੰਮਾ ਨੂੰ ਹਰਾਸ ਕੀਤਾ ਗਿਆ ਅਤੇ ਦੂਜਾ ਜਾਮ ਹੀ ਬਹੁਤ ਸੀ, ਅਸੀਂ ਗੱਡੀ ਲੈ ਕਿੱਥੇ ਭੱਜ ਜਾਂਗੇ? ਤੁਸੀਂ ਉਹਨਾਂ ਨੇ ਮੂਵੀ ਬਣਾਈ, ਉਹਨਾਂ ਨੇ ਮੂਵੀ ਬਣਾਈ, ਤੁਸੀਂ ਉਹਨਾਂ ਦੇ ਵਿੱਚ ਵੇਖ ਲਓ। ਇਹ ਗੱਡੀ ਭਜਾਉਣ ਲੱਗੇ ਜਾਂ ਸਾਈਡ 'ਚ ਲਾਉਣ ਲੱਗੇ ਆ? ਨਾਲੇ ਸੋ ਇੰਨਾ ਜਾਮ ਲੱਗਾ, ਇੱਥੋਂ ਗੱਡੀ ਕਿਵੇਂ ਭਜਾ ਲਾਂਗੇ? ਨਾਲੇ ਸਰ ਜੇ ਮੂਵੀ ਬਣੀ ਹੋਈ ਹੈ ਨਾ, ਉਹਦੇ ਵਿੱਚ ਇਕੱਲਾ ਮੈਂ ਗੱਡੀ ਦੇ ਵਿੱਚ ਬੈਠਾਂ, ਮੇਰੇ ਮਾਂ ਪਿਓ ਤਾਂ ਦੋਨੋਂ ਬਾਹਰ ਨੇ, ਮੈਂ ਕਿੱਥੇ ਇਕੱਲਾ ਭੱਜ ਜਾਂਗਾ? ਸਭ ਤੋਂ ਮੇਨ ਗੱਲ ਆਹੀ ਆ। ਤੁਸੀਂ ਉਹਦੇ ਸਟੈਪ ਨਾ ਉਹਦੇ ਕੱਢ ਕੇ ਦੇਖ ਲਓ, ਮੈਂ ਵੀ ਬਾਹਰ ਆ। ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਅਸੀਂ ਆਪਣੇ ਪਿੰਡ ਵੋਟਾਂ ਪਾਉਣ 'ਚ ਲਈ ਵੈਸੇ ਚੰਡੀਗੜ੍ਹ ਰਹਿੰਦੇ ਹਾਂ, ਮੈਂ ਜੋਬ ਵੀ ਚੰਡੀਗੜ੍ਹ ਕਰਦਾ, ਪਾਪਾ ਹੀ ਮੇਰੇ ਉੱਥੇ ਕਰਦੇ। ਅਸੀਂ ਨਾਨੋਵਾਲ ਸਾਡਾ ਪਿੰਡ ਆ, ਉੱਥੇ ਚੱਲੇ ਸੀਗੇ ਜੋਬ, ਉੱਥੇ ਵੋਟਾਂ ਪਾਉਣ। ਅਸੀਂ ਜਾ ਰਹੇ ਹਾਂ ਪਿੰਡ ਨੂੰ ਜੀ, ਮਾਈਕ ਅਸੀਂ ਇੰਡੀਕੇਟਰ ਲਾ ਕੇ ਸਾਈਡ 'ਤੇ ਗੱਡੀ ਮੋਟਰ ਲੱਗੀ ਹੈ ਜੀ, ਸਾਈਡ 'ਤੇ ਗੱਡੀ ਦੱਬੀ ਹੈ ਜੀ। ਮੈਨੂੰ ਇਹਨਾਂ ਨੂੰ ਇੰਨਾ ਪੁੱਛੋ ਮੈਂ ਕਿੱਥੇ ਸੀ? ਸੁਣਦਾ ਲੈ ਜਾਂਦੇ ਬ੍ਰਦਰ ਯਾਰ, ਤੁਹਾਡੀ ਗੱਡੀ ਪਿੱਛੇ ਜੀ ਵੀਰ ਜੀ, ਇਹਨਾਂ ਦੀ ਜੀ, ਸਾਡੇ ਨਾਲ ਗੱਡੀ ਇੱਕ ਹੋਰ ਜਾ ਰਹੀ ਜੀ। ਅਸੀਂ ਉਹਨੂੰ ਕਿਹਾ ਹੱਥ ਮਾਰਿਆ ਬਾਈ ਤੂੰ ਗੱਡੀ ਰੋਕ ਲਾ ਜਾਂ ਅੱਗੇ ਕਰ ਲਾ। ਤੁਸੀਂ ਬੈਠੋ ਅੰਦਰ ਜੀ। ਅੱਛਾ ਠੀਕ ਹੈ ਜੀ, ਠੀਕ ਹੈ ਜੀ। ਉਹ ਗੱਡੀ ਲੰਘ ਗਈ ਜੀ ਅਸੀਂ ਸਾਈਡ, ਇਹ ਵੀਰ ਜੀ ਨੇ ਪਿੱਛੋਂ ਹਾਰਨ ਮਾਰ ਕੇ ਸਹੁੰ ਪੁੱਠਾ ਲੱਗ ਗਿਆ ਬੋਲਣ ਜੀ। ਅਸੀਂ ਗੱਡੀ ਰੋਕੀ ਜਾਂ ਪੁੱਛਿਆ ਬੇਟੇ ਨੇ ਜਾ ਕੇ ਕੀ ਹੋਇਆ, ਇਹਨਾਂ ਨੇ ਫਿਰ ਨਿਕਲਦੇ ਸਰ ਗੱਲ ਕੱਢਤੀ। ਇਹ ਜਾਂ ਇੱਕ ਦੋ ਗੱਲ ਪੈਣ ਲੱਗੇ, ਮੈਂ ਸੋ ਕੇ ਵਿੱਚ ਪਿੱਛੇ ਆ ਕੇ ਇਹਨਾਂ ਨੂੰ ਪਿੱਛੇ ਕਰਿਆ, ਇਹਨਾਂ ਫਿਰ ਗੱਲ ਕੱਢਤੀ ਜੀ। ਦੇਖੋ ਜੀ ਹੁਣ ਤੱਕ ਰੁਮਾਲ ਆਹ ਦੇਖ ਲਓ ਜੀ, ਮੇਰਾ ਸਿਰ ਹੁਣ ਵੀ ਖੂਨ ਨਿਕਲ ਰਿਹਾ, ਮੈਂ ਇੱਕ ਮਿੰਟ ਵੀ ਇੱਥੋਂ ਨਹੀਂ ਹਿੱਲਿਆ। ਜੇ ਮੇਰੇ 'ਚ ਕੋਈ ਗਲਤੀ ਹੁੰਦੀ ਮੈਂ ਸਭ ਤੋਂ ਪਹਿਲਾਂ ਭੱਜਦਾ। ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ, ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜੀ। ਇਹਨਾਂ ਬੰਦਿਆਂ ਨੇ ਕੀ ਕੀਤਾ ਜੀ, ਮੈਂ ਤੁਹਾਨੂੰ ਰੀਅਲ ਸਟੋਰੀ ਦੱਸਦਾ। ਇਹ ਮੇਰੇ ਪਿੱਛੇ, ਮੈਂ ਇਹਨਾਂ ਦੇ ਪਿੱਛੇ ਆ ਰਿਹਾ ਸੀ ਜੀ, ਮੈਂ ਇਹਨਾਂ ਨੂੰ ਹੌਰਨ ਮਾਰਿਆ, ਹੌਰਨ ਮਾਰਿਆ। ਇਹ ਇੱਧਰ ਕਿਸੇ ਗੱਡੀ ਵਾਲੇ ਨੂੰ ਕੁਛ ਕਹਿ ਰਹੇ ਸੀ, ਮੈਨੂੰ ਨਹੀਂ ਪਤਾ। ਮੈਂ ਹੌਰਨ ਮਾਰ ਕੇ, ਮੈਂ ਇਹਨਾਂ ਨੂੰ ਦੋ ਵਾਰ ਹੌਰਨ ਮਾਰਿਆ, ਮੈਂ ਇਹ ਵੀ ਨਹੀਂ ਕਹਿੰਦਾ ਵੀ ਇੱਕ ਵਾਰ ਹੌਰਨ ਮਾਰਿਆ। ਇਹ ਬੰਦਾ ਜਿਹੜਾ ਸੀ ਜੋ ਮੁੰਡਾ ਗੱਡੀ ਚਲਾ ਰਿਹਾ ਸੀ, ਇਹਨੇ ਪਿੱਛੇ ਐਨ ਦੇਖਿਆ ਸ਼ੀਸ਼ੇ 'ਚ ਨੂੰ, ਜਦੀ ਨਿਕਲ ਕੇ ਬਾਹਰ ਆਇਆ। ਮੈਂ ਗੱਡੀ 'ਚੋਂ ਹਲੇ ਨਿਕਲੇ ਰਿਹਾ, ਇਹਦੇ ਪਿਓ ਨੇ ਜਿਹੜਾ ਬੜਾ ਸ਼ਰੀਫ ਬਣ ਰਿਹਾ ਜੀ, ਪਿੱਛੋਂ ਮੈਨੂੰ ਫੜ ਲਿਆ ਹੈ। ਇਹਨੇ ਦੂਜੇ ਮੁੰਡੇ ਨੇ ਫੜ ਕੇ, ਦੇਖੋ ਜੀ ਕੜਾ ਇਹਦੇ ਹੱਥ 'ਚ ਨਾ ਹੋਵੇ, ਦਿਖਾ ਵੀ ਕੜਾ, ਦਿਖਾ ਕੜਾ, ਦਿਖਾਓ ਜੀ ਕੜਾ, ਕੜਾ ਦਿਖਾ। ਆਹ ਕੜਾ ਸਿਰ 'ਚ ਮਾਰਿਆ ਜੀ ਇਹਨੇ, ਆਹ ਕੜਾ ਸਿਰ 'ਚ ਮਾਰਿਆ, ਆਹ ਦੇਖੋ ਜੀ ਇਹ ਕੜਾ ਸਿਰ 'ਚ ਮਾਰਿਆ ਮੇਰੇ। ਇਹਨੂੰ ਬਿਠਾ ਆਪਣੇ ਆਪਣੇ ਵਾਲੀ 'ਚ ਬਿਠਾ, ਮੇਰੀ ਗੱਡੀ ਦੇ ਵਿੱਚ ਖੂਨੇ ਖੂਨ ਪਿਆ ਜੀ। ਦੇਖੋ ਇਹ ਕਹਿੰਦੇ ਨਾ ਵੀ ਮੇਰੀ, ਇਹ ਪਿੱਥੋਂ ਨਿਕਲ ਕੇ ਉੱਥੇ ਤੱਕ ਗਏ ਨੇ, ਮੇਰੀ ਗੱਡੀ 'ਚ ਖੂਨੇ ਖੂਨ ਪਿਆ। ਜ਼ੋਰ ਨਾਲ ਆਓ ਬਲੱਡ ਦਾ। ਦੇਖੋ ਜੀ ਹੁਣ ਤੱਕ ਬਲੱਡ ਆ ਰਿਹਾ, ਤੁਸੀਂ ਇਹ ਦੱਸੋ ਵੀ ਮੈਂ ਕਿੱਥੇ ਕੀ ਗਲਤੀ ਕਰਦੀ? ਕੀ ਹੋ ਗਿਆ, ਕੀ ਹੋ ਗਿਆ? ਦੌਰੇ ਪੈਂਦੇ ਮਮਾ, ਕੋਈ ਨਾ ਸਿਕਲ ਕਿਸ ਗਿਆ, ਇਧਰ ਆ ਜਾ, ਇਧਰ ਲੈ ਕੇ ਚੱਲਿਆ ਵੇ ਫੇ। ਪੱਗ ਦੋ ਗੱਡੀਆਂ ਦੇ ਥੱਲੋਂ ਚੁੱਕ ਕੇ ਲਿਆਈ ਆ, ਫਿਰ ਇਹਦੇ ਪਿਓ ਨੇ ਫੜਿਆ ਦੂਜੇ ਦੀ, ਮੈਂ ਲਿਆਈ ਦੋਨਾਂ ਦੀਆਂ ਪੱਗਾਂ, ਮੈਂ ਚੁੱਕ ਕੇ ਲਈ ਆ, ਮੈਨੂੰ ਜਿਹਦੀ ਮਰਜ਼ੀ ਅਸੀਂ ਖੜੇ। ਵਕੀਲ ਝੂਠ ਬੋਲਦਾ, ਅਸੀਂ ਆਖਿਆ ਵੀ ਅਸੀਂ ਇੱਥੇ ਬੈਠੇ ਆ, ਫਿਰ ਇਹਨੇ ਕਿਹਾ ਤੁਸੀਂ ਦਾਰੂ ਪੀਤੀ।